ਸ਼੍ਰੀਕਾਲ ਜੀ, ਤੁਹਾਡਾ ਸਵਾਗਤ ਹੈ ਸਾਡੇ ਅੱਜ ਦੇ ਪ੍ਰੋਗਰਾਮ ਵਿੱਚ ਫਿੱਟੂ ਰੇਡੀਓ ਵੱਲੋਂ। ਮੈਂ ਹਾਂ ਜੀ ਟਵਿੰਕਲ। ਅੱਜ ਅਸੀਂ ਪਹੁੰਚ ਚੁੱਕੇ ਹਾਂ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ। ਆਹ ਦੇਖੋ ਜੀ, ਤਿਆਰੀਆਂ ਚੱਲ ਰਹੀਆਂ ਨੇ। 23 ਦਸੰਬਰ ਤੋਂ ਸ਼ਹੀਦੀ ਦਿਹਾੜੇ ਸ਼ੁਰੂ ਹੋਣ ਜਾ ਰਹੇ ਨੇ ਦੇਖੋ। ਅਤੇ ਇੱਥੇ ਸੰਗਤਾਂ ਹੁਣੇ ਹੁੰਮ ਹੁਮਾ ਕੇ ਪਹੁੰਚੀਆਂ ਨੇ। ਅਤੇ ਤੁਹਾਨੂੰ ਦਿਖਾਉਂਦੀ ਹਾਂ ਕਿ ਅੱਜ ਕਿੰਨੀ ਰਸ਼ ਹੈ ਇੱਥੇ, ਕਿੰਨੀ ਭੀੜ ਆ। ਅਤੇ ਤੁਹਾਨੂੰ ਅਸੀਂ ਅੰਦਰ ਲੈ ਕੇ ਜਾ ਰਹੇ ਹਾਂ। ਦੇਖੋ ਜੀ ਕਿੰਨੀ ਭੀੜ ਹੈ, ਸੰਗਤਾਂ ਕਿੰਨੀਆਂ ਸ਼ਰਧਾ ਨਾਲ ਲਾਈਨਾਂ ਵਿੱਚ ਲੱਗੀਆਂ ਹੋਈਆਂ ਨੇ। ਮੈਂ ਤੁਹਾਨੂੰ ਹੁਣੇ ਦਿਖਾਉਂਦੀ ਹਾਂ ਅੰਦਰ ਜਾ ਕੇ। ਦੇਖੋ ਜੀ, ਆਹ ਦੇਖੋ ਜੀ, ਪਿੰਡ ਪਲੜੀ ਕਲਾ ਤੋਂ ਨਗਰ ਕੀਰਤਨ ਆਇਆ ਹੋਇਆ ਇੱਥੇ। ਆਹ ਦੇਖੋ ਸੰਗਤਾਂ ਕਿੰਨੀ ਸ਼ਰਧਾ ਭਾਵਨਾ ਨਾਲ ਲਾਈਨਾਂ ਵਿੱਚ ਖੜੀਆਂ ਹੋਈਆਂ ਨੇ, ਤੁਸੀਂ ਆਪ ਹੀ ਦੇਖ ਸਕਦੇ ਹੋ। ਜੇ ਕਿਸੇ ਨੇ ਵੀ ਕੜਾਹ ਪ੍ਰਸ਼ਾਦਾ ਦੇਗ ਲੈਣੀ ਹੋਵੇ ਤਾਂ ਇੱਥੋਂ ਆ ਕੇ ਦੇਗ ਦੀ ਪਰਚੀ ਕਟਵਾ ਸਕਦੇ ਨੇ। ਆਹ ਦੇਖੋ ਪਵਿੱਤਰ ਧਰਤੀ। ਆਹ ਦੇਖੋ ਜੀ, ਪ੍ਰਸ਼ਾਦ ਦੀ ਸੇਵਾ ਚੱਲ ਰਹੀ ਹੈ। ਦੇਖੋ ਜੀ ਸੰਗਤਾਂ ਕਿੰਨੇ ਸ਼ਰਧਾ ਭਾਵਨਾਵਾਂ ਨਾਲ ਮੱਥਾ ਟੇਕ ਰਹੀਆਂ ਹਨ। ਦਰਸ਼ਕੋ, ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਅੱਜ ਭੀੜ ਹੈ, ਕਿੰਨਾ ਰਸ਼ ਹੈ ਅੱਜ ਇਸ ਪਾਵਨ ਦਿਵਸ ਉੱਤੇ। ਕਿੰਨੀ ਸੰਗਤ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ ਮੱਥਾ ਟੇਕਣ ਆਈ ਹੋਈ ਹੈ। ਇਹ ਦੇਖੋ ਜੀ ਲੋਕਾਂ ਦੀਆਂ ਕਿੰਨੀਆਂ ਸ਼ਰਧਾ ਨਾਲ ਜੁੜੇ ਹੋਏ ਨੇ ਲੋਕ ਫਤਿਹਗੜ੍ਹ ਸਾਹਿਬ ਦੇ ਨਾਲ। ਅੱਜ ਜੀ ਸੰਗਰਾਂਦ ਹੈ। ਇਸ ਤੋਂ ਇਲਾਵਾ ਸ਼ਹੀਦੀ ਦਿਹਾੜੇ ਸ਼ੁਰੂ ਹੋ ਚੁੱਕੇ ਨੇ। ਕੁਝ ਲੋਕ ਇਹ ਸੋਚਦੇ ਨੇ ਕਿ ਉਹਨਾਂ ਨੂੰ ਫੇਰ ਜ਼ਿਆਦਾ ਰਸ਼ ਦੇ ਕਾਰਨ ਮੱਥਾ ਦਾ ਟੇਕਣ ਦਾ ਮੌਕਾ ਨਹੀਂ ਮਿਲੂਗਾ। ਸੋ ਅੱਜ ਹੀ ਲੋਕ ਆਉਣਾ ਸਟਾਰਟ ਹੋ ਚੁੱਕੇ ਨੇ। ਮੈਨੂੰ ਪਤਾ ਤੁਹਾਨੂੰ ਇਸ ਧਾਰਮਿਕ ਸਥਾਨ ਨੂੰ ਦੇਖ ਕੇ ਬਹੁਤ ਖੁਸ਼ੀ ਹੋ ਰਹੀ ਹੋਵੇਗੀ। ਚਾਰੇ ਪਾਸੇ ਫਤਿਹਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਜੀ ਦੇ ਚਾਰੇ ਪਾਸੇ ਸੰਗਤ ਦੇਖੀ ਜਾ ਸਕਦੀ ਹੈ। ਦੇਖੋ ਸੰਗਤਾਂ ਕਿਵੇਂ ਕਤਾਰਾਂ ਵਿੱਚ ਲੱਗੀਆਂ ਹੋਈਆਂ ਨੇ।